ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਵੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਡਿਜ਼ਾਈਨ ਸ਼ੇਅਰ ਕਰਾਂਗੇ। ਸੋ ਇਹ ਹੈਂਡਵਰਕ 'ਚ ਬਣੇ ਹੋਏ ਆ, ਜਿਹੜੇ ਵੀ ਸੂਟ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਇਹਨਾਂ ਦਾ ਮੈਂ ਲੈਂਥ ਕਿਹੜਾ ਤੁਹਾਨੂੰ ਦੱਸੂੰਗੀ। ਅਗਰ ਤੁਸੀਂ ਐਜ਼ ਇਟ ਇਜ਼ ਇਹਨਾਂ ਨੂੰ ਪਿੱਕ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਔਰ ਇਹ ਹੈਂਡਵਰਕ 'ਚ ਹੈ ਜੀ, ਦਬਕਾ ਵੀ ਹੈ, ਸਿੱਪੀ ਹੈ, ਥਰੈਡ ਵਰਕ ਹੈ। ਸੋ ਅਲੱਗ ਅਲੱਗ ਤਰ੍ਹਾਂ ਦੀ ਇਹਦੇ ਵਿੱਚ ਜਿਹੜੇ ਅਸੀਂ ਕੰਬੀਨੇਸ਼ਨ ਦਿੱਤਾ ਹੋਇਆ। ਸੋ ਇਹਨਾਂ ਦੀ ਇਹ ਜਾਰਜਟ ਫੈਬਰਿਕ 'ਤੇ ਹੈ ਔਰ ਲਾਈਟ ਪਿਸਤਾ ਸ਼ੇਡ ਹੈਗਾ ਇਹਦਾ। ਔਰ ਦੇਖੋ ਇਹਦੇ ਯੋਗ 'ਤੇ ਵਰਕ ਹੋਇਆ ਹੋਇਆ, ਉੱਪਰ ਗਲਾ ਇਹ ਯੋਗ ਬਣੂਗਾ, ਯੋਗ 'ਤੇ ਅਸੀਂ ਹੈਵੀ ਵਰਕ ਕੀਤਾ ਹੋਇਆ। ਬਹੁਤ ਹੀ ਪਿਆਰਾ ਹੈਂਡਵਰਕ ਸ਼ੇਡ ਹੈਗਾ, ਵਿੱਚ ਇਹਨੂੰ ਥਰੈਡ ਦੇ ਕਲਰ ਨਾਲ ਵੀ ਥਰੈਡ ਨਾਲ ਵੀ ਥੋੜ੍ਹਾ ਆਊਟਲਾਈਨ ਦਿੱਤਾ ਹੋਇਆ ਫਲਾਰ ਦੇ ਵਿੱਚ ਬਹੁਤ ਥੋੜ੍ਹਾ। ਔਰ ਨੀਚੇ ਤੁਸੀਂ ਲੈਂਥ ਆ ਜਿਹੜੇ ਆਪਣੇ ਅਕੋਰਡਿੰਗ ਬਣਾ ਸਕਦੇ ਹੋ। ਇਹ ਫਰੀ ਆਫ ਲੈਂਥ ਦਾ ਹੈਗਾ, ਇਹਦੇ ਵਿੱਚ ਅਸੀਂ ਜਿਵੇਂ ਬਹੁਤ ਹੀ ਪਿਆਰਾ ਨੋਟ ਵਰਕ ਹੈ। ਸੋ ਸਾਰੇ ਤਰ੍ਹਾਂ ਦੀ ਇਹਦੇ ਵਿੱਚ ਇੰਬਰਾਇਡਰੀ ਆ ਜਾਂਦੀ ਹੈ, ਜਿਵੇਂ ਕਿ ਹੈਂਡਵਰਕ ਦੇ ਵਿੱਚ ਹੁੰਦੀ ਹੈ। ਕੱਟ ਦਾਣਾ ਲੱਗਿਆ ਹੋਇਆ, ਤਿੱਲੇ ਦਾ ਕੰਮ ਹੈ, ਮੋਤੀ ਲੱਗਿਆ ਹੋਇਆ, ਸਾਰਾ ਅਸੀਂ ਮਿਕਸ ਜਿਹੜਾ ਕੰਮ ਹੋਇਆ ਹੋਇਆ। ਇਹ ਦੇਖੋ ਇਸ ਤਰ੍ਹਾਂ ਇਹ ਨੀਚੇ ਤੱਕ ਵਰਕ ਹੋ ਜਾਂਦਾ। ਔਰ ਇਹਦੇ ਜਿਹੜੇ ਬਾਜੂ ਹੈਗੇ ਆ ਉਹ ਵੀ ਕਾਫੀ ਹੈਵੀ ਆ, ਇਸ ਤਰ੍ਹਾਂ ਇਹ ਦੋਨੋਂ ਬਾਜੂ ਤੇ ਉੱਪਰ ਤੱਕ ਵਰਕ ਹੈ। ਸੋ ਤੁਸੀਂ ਇਹਨੂੰ ਐਜ਼ ਇਟ ਇਜ਼ ਪਿੱਕ ਕਰ ਸਕਦੇ ਹੋ ਜੀ, ਦੁਪੱਟਾ ਤੁਹਾਡੀ ਚੋਇਸ ਦੇ ਅਕੋਰਡਿੰਗ। ਅਗਰ ਤੁਸੀਂ ਕਲਰ ਬਲੂ ਸ਼ੇਡ ਦੇ ਨਾਲ ਜਿਵੇਂ ਵਿੱਚ ਬੂਟੀ ਦੇ ਲੱਗਿਆ ਹੋਇਆ ਉਸ ਤਰ੍ਹਾਂ ਦਾ ਵੀ ਕੰਟਰਾਸਟ ਵੀ ਕਰ ਸਕਦੇ ਹੋ, ਸੇਮ ਕਰਕੇ ਅਸੀਂ ਕੰਟਰਾਸਟ ਕਰਦੀਆਂ ਲੇਸਿਸ ਵੀ ਕਰ ਸਕਦੇ ਹਾਂ। ਸੋ ਤੁਹਾਡੇ 'ਤੇ ਡਿਪੈਂਡ ਆ ਤੁਸੀਂ ਕਿਸ ਤਰ੍ਹਾਂ ਰੈਡੀ ਕਰਾਉਣਾ। ਇਹ ਬਿਲਕੁਲ ਰੈਡੀ ਸੂਟ ਹੈਗੇ ਆ, ਇਹਦੀ ਲੈਂਥ ਆ ਜਿਹੜੀ ਉਹ ਬਿਲਕੁਲ ਫ੍ਰੀ ਹੈ। ਔਰ ਇਹ ਹੈਗਾ ਜੀ ਔਰਗੈਂਜ਼ਾ 'ਤੇ ਬਣਿਆ ਹੋਇਆ ਔਰ ਸਕਾਈ ਸ਼ੇਡ ਦਾ ਜਿਹੜਾ ਇਹ ਸੂਟ ਹੈ, ਸਕਾਈ ਤੋਂ ਡਾਰਕ ਹੈ, ਬਲੂ ਟੋਨ 'ਚ ਆ ਕੇ ਡਾਰਕ ਸਕਾਈ ਸ਼ੇਡ ਦਾ ਕਹਿ ਸਕਦੇ ਹਾਂ। ਜਿਵੇਂ ਇੱਧਰ ਇੱਕ ਟ੍ਰੀ ਬਣਿਆ ਹੋਇਆ ਔਰ ਇੱਧਰ ਇੱਕ ਫਲੈਮਿੰਗੋ ਦਾ ਡਿਜ਼ਾਇਨ ਹੈਗਾ ਔਰ ਵਿੱਚ ਸਾਰੇ 'ਤੇ ਅਸੀਂ ਜਿਹੜਾ ਇਹ ਦਬਕੇ ਦਾ ਸਿੱਪੀ ਦਾ ਜਾਲ ਦਿੱਤਾ ਹੋਇਆ। ਬਹੁਤ ਹੀ ਪਿਆਰਾ ਜਿਹਾ ਡਿਜ਼ਾਇਨ ਬਣਿਆ ਹੋਇਆ, ਉੱਪਰ ਹੈਗਾ ਇਹਦਾ ਗਲਾ ਬਣਿਆ ਹੋਇਆ। ਇਹ 42 ਲੈਂਥ ਦਾ ਹੈ ਔਰ ਇਹਦਾ 21 ਘੇਰਾ ਹੈਗਾ ਜੀ, 42 and 21। ਸੋ ਇਹਨੂੰ ਤੁਸੀਂ ਐਜ਼ ਇਟ ਇਜ਼ ਪਿੱਕ ਕਰ ਸਕਦੇ ਹੋ। ਸਟਿਚਿੰਗ ਕਰਵਾਉਣਾ ਅਸੀਂ ਸਟਿਚਿੰਗ ਕਰ ਦਾਂਗੇ ਔਰ ਇਹ ਬਹੁਤ ਜਲਦੀ ਜਿਵੇਂ ਤੁਹਾਡੇ ਕੋਲ ਪਹੁੰਚੇਗਾ। ਇਹ ਦੇਖੋ ਇਹਦੇ ਬਾਜੂ 'ਤੇ ਡਿਜ਼ਾਇਨ ਆ, ਜਿਹੜਾ ਬਾਜੂ 'ਤੇ ਵੀ ਕਾਫੀ ਹੈਵੀ ਡਿਜ਼ਾਇਨ ਬਣਦਾ ਔਰ ਸਾਰੇ ਸ਼ਰਟ ਦੇ ਵਿੱਚ ਹੈ ਜਿਹੜਾ ਫੁੱਲ ਹੈ ਜਿਹੜਾ ਵਰਕ ਕੀਤਾ ਹੋਇਆ ਔਰ ਬਹੁਤ ਡਿਫਰੈਂਟ ਜਿਹਾ ਇਹਦੇ ਜਿਹੜਾ ਪੈਟਰਨ ਹੈ। ਇਹ ਦੇਖੋ ਔਰ ਜਿਵੇਂ ਇਹ ਨੈਕਸਟ ਹੈਗਾ ਜੀ, ਇਹ ਕ੍ਰੀਪ 'ਤੇ ਬਣਿਆ ਹੋਇਆ ਔਰ ਮਸਟਰਡ ਸ਼ੇਡ ਹੈ ਇਹ। ਇਹ 44 ਲੈਂਥ ਦੇ ਅਕੋਰਡਿੰਗ ਹੈ। ਇਹ ਦੇਖੋ ਇਸ ਤਰ੍ਹਾਂ ਇਹਦੇ ਘੇਰੇ ਦਾ ਡਿਜ਼ਾਇਨ ਆ ਜਾਂਦਾ, ਉੱਪਰ ਤੱਕ ਚੌਕ ਆ ਜਾਂਦੇ ਆ। ਇਹ ਵੀ 21 ਘੇਰੇ ਦੇ ਅਕੋਰਡਿੰਗ ਹੈ ਔਰ ਉੱਪਰ ਆ ਜਿਹੜਾ ਗਲਾ ਆ ਜਾਂਦਾ। ਸੋ ਇਹਦੇ 'ਤੇ ਐਂਟੀਕ ਹੈ ਜਿਵੇਂ ਵਰਕ ਕੀਤਾ ਹੋਇਆ ਔਰ ਇਹਦੇ ਜਿਹੜੇ ਬਾਜੂ ਹੈਗੇ ਆ ਉਹ ਇਸ ਤਰ੍ਹਾਂ ਹੈਵੀ ਜਿਹੜੇ ਬਾਜੂ ਬਣਦੇ। ਸੋ ਇਹ ਵੀ ਤੁਸੀਂ ਐਜ਼ ਇਟ ਇਜ਼ ਪਿੱਕ ਕਰ ਸਕਦੇ ਹੋ ਜੀ। ਇਹ ਤਿੰਨੇ ਸੂਟਾਂ ਦਾ ਜਿਹੜਾ ਮੈਂ ਤੁਹਾਨੂੰ ਦੱਸਦਾ, ਇਹ 44 ਲੈਂਥ ਐਂਡ 21 ਘੇਰਾ ਹੈਗਾ, ਸਕਾਈ 'ਤੇ 42 ਅਤੇ 21 ਸੀ। ਸੋ ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਪਿੱਕ ਕਰ ਸਕਦੇ ਹੋ ਆਪਣੀ ਲੈਂਥ ਔਰ ਘੇਰੇ ਦੇ ਅਕੋਰਡਿੰਗ। ਵਟਸਐਪ 'ਤੇ ਮੈਸੇਜ ਕਰਕੇ ਤੁਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਪਿੱਕ ਕਰਨ ਦੀ ਕੋਸ਼ਿਸ਼ ਕਰਿਓ, ਕਿਉਂਕਿ ਫਿਰ ਇਹ ਜਿਹੜੇ ਸਾਰੇ ਸੋਲਡ ਹੋ ਜਾਂਦੇ ਆ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਨੂੰ ਨਵੀਆਂ ਨਵੀਆਂ ਵੀਡੀਓਜ਼, ਨਵੇਂ ਨਵੇਂ ਡਿਜ਼ਾਇਨ ਦਿੰਦੇ ਰਹਾਂਗੇ। ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ।